ਕਿਆ ਬਾਤ ਹੈ ਜੀ, ਦੇਖੋ ਏਡਾ ਸੋਹਣਾ ਬਾਜ਼ਾਰ ਆਏ ਹੋ, ਮੈਂ ਲੱਭਦਾ ਪਿਆ ਸੀ ਦੁਕਾਨ ਆ ਸ਼ੇਰੇ ਪੰਜਾਬ। ਹਾਂਜੀ ਬੋਲੋ, ਸ਼ੇਰੇ ਪੰਜਾਬ ਦੁਕਾਨ ਕਿਹੜੀ ਹੈ? ਵਾਹ ਵਾਹ, ਇਹ ਨਜ਼ਰ ਹੈ ਜੀ, ਨਜ਼ਰ। ਹਾਂਜੀ ਨਾ, ਮਾਲਕ ਜਿਹੜੇ ਨਾ ਭਾਈ ਭੋਲੇ ਹੋਣੀ ਆ ਬੈਠੇ। ਹਾਂਜੀ, ਇਹ ਨਜ਼ਰ ਦਿਓ, ਅੱਗੇ ਵੀ ਨਜ਼ਰ। ਮੈਂ ਕਿਹਾ ਮਤਲਬ ਮੈਨੂੰ ਹੀ ਦਿੱਤੀ ਆ? ਨਹੀਂ ਨਹੀਂ, ਅੱਗੇ ਦਿਓ, ਅੱਗੇ। ਸੋਨੀ ਖਾਨ ਜੀ, ਸੁਣਨ ਵਾਲੇ ਲੋਕ ਨੇ, ਅੱਲਾ ਖੈਰ ਕਰੇ, ਤੁਹਾਨੂੰ ਨਜ਼ਰ ਦੇ ਰਹੇ ਨੇ। ਇਹ ਨਜ਼ਰ ਜੀ, ਨਜ਼ਰ ਇਹਨੂੰ ਵੈਸੇ ਨਜ਼ਰ ਲੱਗੀ ਹੋਈ ਹੈ, ਰਹਿਣ ਦੇ। ਓ ਨਹੀਂ ਜੀ, ਮਾਸ਼ਾਅੱਲਾ, ਵਾਹ ਵਾਹ ਵਾਹ, ਕਿਆ ਕਹਿੰਦੇ? ਵਾਹ ਜੀ ਵਾਹ, ਵਾਹ ਵਾਹ ਵਾਹ, ਸਭ ਕਿਆ ਕਹਿੰਦੇ। ਮੈਂ ਕਹਿੰਦਾ ਭਾਈ ਪੱਪੂ ਦੇ ਬੇਟੇ ਹੋ, ਤੁਹਾਡਾ ਨਾਮ ਬੜਾ ਮਾਸ਼ਾਅੱਲਾ ਆ ਲੋ, ਇਹ ਤੁਹਾਡਾ ਵੱਡਾ ਬਾਨਾ ਜੀ, ਬਹੁਤ ਅੱਲਾ ਖੈਰ ਕਰੇ, ਬਹੁਤ ਅੱਛਾ ਕੰਮ ਬੇਟਾ ਕਰ ਰਹੇ ਹੋ। ਇਹ ਦੇਖੋ ਜੀ, ਇਹ ਵੀ ਤੁਹਾਡੀ ਨਜ਼ਰ ਹੈ ਜੀ। ਬਿਸਮਿਲਲਾ, ਲਓ ਸਾਹਿਬ ਜੀ, ਕੀਤਾ ਜੀ, ਕੀ ਵਜਾ ਰਹੇ ਸੀ? ਇਹ ਭਾਜੀ ਦਾਦਰਾ ਸੁਣਾਓ ਜਰਾ ਭਾਈ। ਅੱਛਾ ਜੀ, ਇਹ ਮਾਸਟਰ ਕੌਣ ਹੈ? ਮਾਸਟਰ ਭੋਲਾ ਸਾਹਿਬ ਆ, ਕੁੱਤਾ ਬੰਨੇ ਆ, ਵਾ ਮਾਸਟਰ ਹੀ ਦੁਕਾਨ ਦੇ ਮਾਲਕ। ਇਹ ਕਲਾਂਟ ਇਸ ਕਿਸਮ ਦੀ ਵਜਾਉਂਦੇ ਨੇ ਵੀ ਤੁਹਾਡੇ ਕੰਨ ਦੇ ਪਰਦੇ ਪਾੜ ਦੇ। ਅੱਛਾ ਜੀ, ਸਰੀਲੇ ਆਦਮੀ, ਤੇ ਤੁਸੀਂ ਕੀ ਵਜਾਉਂਦੇ ਹੋ ਜੀ? ਮੈਂ ਆ ਵੇਲਾ ਵਜਾਉਂਦਾ। ਵੇਲਾ ਵਜਾਉਂਦੇ? ਮੈਂ ਢੋਲ ਤੋਂ ਦੋਵੇਂ ਮੇਰੇ ਸ਼ਗਿਰਦ ਦਾ। ਅੱਛਾ ਜੀ, ਆ ਢੋਲ ਤਮੂਰ ਚ ਮੈਂ ਵੱਡਾ ਬਾਜਾ ਵੀ ਵਜਾ ਲੈਂਦਾ, ਔਰ ਤਮੂਰ ਵੀ ਵਜਾ ਲੈਂਦਾ, ਢੋਲ ਵੀ ਵਜਾਉਣਾ ਮੈਂ। ਗੱਲ ਇਹ ਜੀ, ਇੱਕ ਨਾ ਬੜਾ ਐਮਰਜੈਂਸੀ ਜ਼ਰੂਰਤ ਪੈ ਗਈ ਹੈ, ਮੈਂ ਪੁੱਛਿਆ ਬਾਜ਼ਾਰ ਦੇ ਵਿੱਚੋਂ, ਮੈਂ ਕਿਹਾ ਜੀ ਇੱਥੇ ਸਭ ਤੋਂ ਅੱਛਾ ਜਿਹੜਾ ਬੈਂਡ ਕੌਣ ਵਜਾਉਂਦੇ ਨੇ? ਉਹਨਾਂ ਨੇ ਕਿਹਾ ਜੀ ਇਹ ਸ਼ੇਰੇ ਪੰਜਾਬ ਹੈ, ਦੇਖੋ ਤਸਵੀਰ ਲੱਗੀ ਹੈ। ਤੇ ਮੈਂ ਬੜੀ 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 ਤਾਰੀਫ ਸੁਣੀ ਹੈ ਜੀ, ਇਹ ਕੀ ਹੈ ਜੀ? ਚਾਹ ਤੁਸੀਂ ਪਹਿਲੇ ਮੰਗਾ ਕੇ ਰੱਖੀ ਹੋਈ ਆ? ਲੰਗਰ ਪਾਣੀ ਚੱਲਦਾ ਰਹਿੰਦਾ ਹਸੈਨੀ ਲੰਗਰ। ਹਾਂਜੀ, ਇਹਨਾਂ ਦੀ ਦਾਦੀ ਦਾ ਉਰਸ ਹੁੰਦਾ ਜੀ ਹਰ ਸਾਲ। ਤੇ ਸ਼ਹਿਨਾਈ ਵਜਾ ਲੈਂਦੇ ਹੋ ਜੀ? ਜ਼ਰੂਰ ਵਜਾਉਂਦਾ ਹੀ ਮੈਂ, ਇੱਥੇ ਬੱਚੇ ਨੇ ਸਾਰੇ ਆਪਣੇ। ਉਹ ਸਰੀਨੇ ਨੇ ਹਿੰਦ ਸਿੰਘ ਜਨਾਮ ਆ ਇਹਨਾਂ ਦਾ। ਅੱਛਾ ਜੀ, ਹਾਂਜੀ, ਹਜੇ ਮੈਂ ਸੁਣਿਆ ਨਹੀਂ। ਤੇ ਆਪਣਾ ਬਾਹਰੋਂ ਫੂਲ ਪਰਸਾਓ? ਹਾਂਜੀ, ਉਹ ਵੀ ਹੁੰਦਾ ਜਨਾਬ। ਪੁੱਤਰ ਇੱਕ ਮਿੰਟ, ਅਗਲਾ ਬਾਹਰੋਂ ਫੂਲ ਦਾ ਠੇਕਾ। ਵਜਾਉਣਾ ਇੰਨਾ
ਬਦਲ ਦੀ ਬਾਤੀ ਹੋ ਗਈ। ਅਜੀ ਬਹਾਰੋ ਫੂਲ ਗੁਰਸਾਹਿਬ ਸੀ ਜੀ, ਇਹ ਬਹਾਰੋ ਫੂਲ ਇਹ ਹੁਣ ਨਹੀਂ ਵਜਾਉਣਾ। ਹਾਂਜੀ ਹਾਂਜੀ, ਇਹ ਅਸਲ ਚ ਨਾ ਇੱਕ ਸੁਣ ਲਈਏ ਯਾਰ, ਨਤੀਜੇ ਨੂੰ ਗੱਲ ਨਹੀਂ ਸੁਣਦਾ ਪਿਆ। ਆਰਡਰ ਲਿਖੋ ਜੀ, ਆਰਡਰ ਲਿਖੋ। ਆਫਰ ਅੱਛਾ, ਇਸ ਤਰ੍ਹਾਂ ਲਿਖ ਸਾਰਾ ਉਹਨਾਂ ਦਾ। ਅੱਜ ਲਿਖਾਓ ਮੋਤੀਆਂ ਵਾਲੇ, ਅੱਲਾ ਤੁਹਾਡੀ ਖੈਰ ਕਰੇ। ਅੱਛਾ ਯਾਰ, ਕੋਈ ਮੁਸਤਫਾ ਕਰਾਹੀ ਦਾ ਗੱਲ ਖਾਨ ਸਾਹਿਬ ਵੱਡੇ ਲੋ ਯਾਰ, ਵਰਦੀਆਂ ਹੈ ਨੇ ਆਪਣੇ ਕੋਲ, ਵਰਦੀਆਂ ਵਰਦੀਆਂ ਹੀ ਆ ਬਾਜੀ, ਕਦੋਂ ਅਸੀਂ ਬੋਸਕੀ ਦੇ ਕੁੜਤੇ ਟੰਗੇ ਆ। ਅਸਲ ਤੇ ਮੇਰੀ ਰਿਕੁਆਇਰਮੈਂਟ ਜ਼ਰਾ ਹੋਰ ਤਰ੍ਹਾਂ ਦੀ ਹੈ। ਹੁਕਮ ਕਰੋ। ਅੱਬਾ ਜੀ ਨੇ ਵਸੀਅਤ ਲਿਖੀ ਹੈ, ਉਹਨਾਂ ਦੀ ਵਸੀਅਤ ਤੇ ਅਮਲ ਕਰਨਾ ਨੇਕ ਔਲਾਦ ਦਾ ਫਰਜ਼ ਹੁੰਦਾ। ਕੀ ਬਾਤ ਆ ਮੋਤੀ ਵਾਲਿਆ, ਤੇਰੀ ਖੈਰ ਹੋਵੇ। ਦੇਖੋ ਪਹਿਲਾ ਗਾਹਕ ਆ ਜਿਹੜਾ ਆਪਣੇ ਮਾਂ ਪਿਓ ਦੀ ਨਸੀਅਤ ਤੇ ਅਮਲ ਕਰਦਾ। ਦੇਖੋ ਜੀ ਉਹਨਾਂ ਦੀਆਂ ਬਹਾਰਾਂ ਨੇ ਸਾਰੀਆਂ, ਵੱਡਿਆਂ ਨਾਲ ਆ ਜੀ ਗੱਲ, ਵੱਡਿਆਂ ਨਾਲ ਜਿਹੜਾ ਵੱਡਿਆਂ ਦੀ ਗੱਲ ਮੰਨੇਗਾ ਉਹਨੂੰ ਸੁੱਖ ਹੀ ਸੁੱਖ। ਸੂਟ ਹੈ ਤੁਹਾਡੇ ਕੋਲ ਚਿੱਟੇ ਸੂਟ? ਨਹੀਂ ਹਜ਼ੂਰ, ਚਿੱਟੇ ਸੂਟ ਨਹੀਂ ਹੈਗੇ। ਅੱਛਾ ਲੱਠੇ ਦੇ ਤੁਸੀਂ ਸੂਟ ਸਵਾਉਣੇ ਨੇ ਨਵੇਂ? ਸਾਡੇ ਤਾਂ ਜੁਮਾ ਪੜਾਉਣਾ ਤੁਸੀਂ? ਜੁਮਾ ਵੀ ਪੜਾਵਾਂਗੇ, ਤੁਹਾਨੂੰ ਜੁਮਾ ਵੀ ਪੜਾਵਾਂਗੇ, ਅਲਹਮਦੁਲਿਲਾ ਸਾਰਾ ਕੁਝ ਹੀ ਪੜਾਵਾਂਗੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਨਾ। ਕੀ ਪਾਉਣੇ ਜੀ ਸਾਨੂੰ ਤੁਸੀਂ? ਇਹ ਸਫੈਦ ਲੱਠੇ ਦੇ ਸੂਟ। ਕਿੰਨੇ ਬੰਦਿਆਂ ਦੀ ਤੁਹਾਡੀ ਟੀਮ? ਬਾਰਾਂ ਠੀਕ ਆ, 12 ਸੂਟ ਤੁਸੀਂ ਲੈਣੇ ਨੇ ਲੱਠੇ ਦੇ। ਅੱਛਾ, ਸਿਰ ਤੇ ਚਿੱਟੀਆਂ ਟੋਪੀਆਂ ਪਾਉਣੀਆਂ ਨੇ, ਔਰ ਉਹ ਜਿਹੜੇ ਸੂਟ ਹੈ ਉਹਨਾਂ ਦੇ ਪੈਸੇ ਅਸੀਂ ਦੇਵਾਂਗੇ। ਫੜੋ ਤੁਸੀਂ ਬਿਆਨਾ ਲਵੋ, ਪਹਿਲੇ ਲਵੋ ਲਵੋ ਸਾਹਿਬ ਜੀ। ਇਹ ਦੇਖੋ 1, 2, 3, 4 ਇਹ 20,000 ਰੁਪਈਆ ਫੜੋ, 20,000 ਰੁਪਈਆ ਐਡਵਾਂਸ। ਲੇਕਿਨ ਚਿੱਟੇ ਸੂਟ ਚਾਹੀਦੇ ਨੇ ਪਾਉਣੇ, ਜਿਹੜੇ ਸਾਡੇ ਮਾਸਟਰ ਨੇ ਨਾ ਮਾਸ਼ਾਅੱਲਾ, ਇਹਨਾਂ ਦੇ ਘਰ ਟਿਕ ਲੱਗਾ ਪਿਆ ਕਫਨਾਂ ਦਾ, ਟੈਨਸ਼ਨ ਨਹੀਂ ਲੈਣੀ। ਕਫਨ ਨਹੀਂ ਯਾਰ, ਚਿੱਟੇ ਸੂਟ ਲੱਠੇ ਦੇ। ਅੱਛਾ ਲੱਠੇ, ਬੜੀ ਦਾਤਰੀ ਵਰਗੀ ਸ਼ਕਲ ਉਹ ਕਹਿਣ ਦੇ ਵੀ ਚਿੱਟੇ ਸੂਟ ਲੱਠੇ ਦੇ। ਲੱਠੇ ਦੇ ਐਸ ਮਿਲਣੇ ਕਿੱਥੋਂ ਸਾਨੂੰ? ਓਹੋ ਸਾਹਿਬ ਜੀ, ਤੁਸੀਂ ਤਾਂ ਇਸ ਗੱਲ ਨੂੰ ਭੁੱਲ ਗਏ ਹੋ, ਝੰਗ ਬਾਜ਼ਾਰ ਡੰਡਾ ਖੁੱਲਿਆ ਪਿਆ ਵਾ ਰਿਗਲ ਸਿਨਮੇ ਦੇ ਨਾਲ, ਸੂਟ ਹੀ ਸੂਟ ਲਓ। ਸਮਝਦਾਰ ਇਹ ਫੜੋ, 1,000 ਰੁਪਏ ਦੇ ਲੈਣੇ ਤੁਸੀਂ ਗੁਲਾਬ ਦੇ ਫੁੱਲ ਹਾਰ। ਗੁਲਾਬ ਦੇ ਫੁੱਲ 12 ਸੂਟ ਸਫੈਦ ਲਿਖੇ ਗਏ ਜੀ, 12 ਟੋਪੀਆਂ ਸਫੈਦ ਲਿਖੀਆਂ ਗਈਆਂ ਜੀ, 12 ਹੀ ਤੁਸੀਂ ਲੈਣੇ ਨੇ ਹਾਰ ਗੁਲਾਬ ਦੇ। ਲੈ ਲੈ ਜੀ, ਸੂਟ ਪਾ ਕੇ ਗਲਾਂ 'ਚ ਗੁਲਾਬ ਦਾ 1-1 ਹਾਰ ਪਾ ਲੈਣਾ ਹੈ, ਗਲਾਂ 'ਚ 1-1 ਹਾਰ ਪਾ ਲੈਣਾ, ਲਿਖ ਲਿਆ ਜੀ। ਤੇ ਖੁਸ਼ੀ ਗਮੀ ਸਾਨੂੰ ਨੀ ਪਤਾ, ਅਸੀਂ ਅੱਬਾ ਜੀ ਵਸੀਅਤ ਤੇ ਅਮਲ ਕਰਨਾ ਹੈ। ਹਾਂਜੀ, ਅੱਬਾ ਜੀ ਮਰਨ ਲੱਗੇ ਵਸੀਅਤ ਕਰ ਗਏ ਤੇ ਕਹਿੰਦੇ ਜਦੋਂ ਮੈਂ ਮਰਾਂਗਾ ਤੇ ਮੇਰਾ ਜਿਹੜਾ ਜਨਾਜ਼ਾ ਹੈ ਉਹ ਬੜਾ ਧੂਮ ਧਾਮ ਨਾਲ ਚੁੱਕਣਾ ਹੈ। ਹਾਂਜੀ ਹਾਂਜੀ, ਅੱਬਾ ਜੀ ਦਾ ਜਨਾਜ਼ਾ ਚੁੱਕਣਾ ਹੈ, ਤੁਸੀਂ ਨਾਲ ਨਾ ਵਾਜਾ ਵਜਾਉਣਾ ਹੈ। ਹਾਂਜੀ, ਨਾਲ ਦੋ ਦੁਕਾਨਾਂ ਛੱਡੋਗੇ ਨਾ? ਹਾਂਜੀ, ਚੌਥੀ ਦੁਕਾਨ ਹੈਗੀ, ਬੜੇ ਸੋਹਣੇ ਬੰਦੇ ਆ, ਉੱਥੇ ਚੱਲ ਜਾਓ ਮੇਰਾ ਵੀ। ਯਾਰ ਤੁਸੀਂ ਕੌਣ ਵਜਾਉਂਦਾ ਵਾ? ਯਾਰ ਤੁਸੀਂ ਤਾਂ ਵਾਜਾ ਵੀ ਜਾਉਣਾ ਨਾ ਭਾਈ, ਬਜਾਉਣਾ ਫੌਜਗੀ ਦੇ ਜਦੋਂ ਮੇਰਾ ਜਨਾਜ਼ਾ ਚੁੱਕਣਾ ਇੰਜ ਕਰਕੇ ਵਾਜਾ ਵੱਜਦਾ ਹੋਵੇ, ਕਲਾਂਟ ਤੁਸੀਂ ਵਜਾਉਣੇ ਹੋ? ਤੁਹਾਡੇ ਮੋਢਿਆਂ ਤੇ ਇੱਥੇ ਜਨਾਜ਼ਾ ਰੱਖਿਆ ਹੋਏਗਾ ਤੇ ਨਾਲ ਤੁਸੀਂ ਕਲਾਂਟ ਵਜਾਉਣੀ ਆ, ਵੱਡਾ ਵਾਜਾ ਤੁਸੀਂ ਵਜਾਉਣੇ ਜੀ। ਹਾਂਜੀ, ਇੱਕ ਪਾਵਾ ਤੁਸੀਂ ਚੁੱਕਣਾ, ਇੱਕ ਚੁੱਕਣਾ ਤਮੂਰ ਵਾਲੇ ਨੇ। ਹਾਂ, ਤਮੂਰ ਵਾਲਾ ਮੁੰਡਾ ਬੈਠਾ। ਹਾਂਜੀ, ਇੱਕ ਉਹਦੇ ਕੋਲ ਟੀਲੀ। ਹਾਂਜੀ ਹਾਂਜੀ, ਇਹਨਾਂ ਦੀ ਆਵਾਜ਼ ਆ ਰਹੀ ਹੈ ਤੇਰੇ ਤੱਕ? ਆਪਣਾ ਪ੍ਰੋਗਰਾਮ ਕਿਹੜੀ ਜਗ੍ਹਾ ਜੀ? ਪ੍ਰੋਗਰਾਮ ਜੀ ਇਹ ਗੋਜਰੇ ਆ।
ਅਸੀਂ ਗੋਜਰੇ ਫੌਤ ਹੋਏ ਨੇ ਅੱਬਾ ਜੀ। ਭਾਈ ਤੁਸੀਂ ਉੱਥੋਂ ਹੀ ਲੈ ਲੈਣਾ ਬੰਦੇ, ਦਫਨਾਉਣਾ ਕਿੱਥੇ ਤੁਸੀਂ? ਇਹ ਗੋਜਰੇ ਅੱਬਾ ਜੀ ਤੇ ਦਫਨਾਉਣਾ ਵੱਡੇ ਕਬਰਸਤਾਨ। ਗੋਜਰੇ ਅੱਬਾ ਜੀ ਦਫਨਾਉਣਾ ਇੱਥੇ? ਹਾਂਜੀ, ਉੱਥੋਂ ਤੁਸੀਂ ਪੈਦਲ ਆਉਣਾ। ਵੇਲਾ ਤੁਹਾਨੂੰ ਇਹ ਨੀ ਪਤਾ, 500,000 ਤੋਂ ਘੱਟ ਵੇਲ ਹੀ ਨੀ ਹੋਣੀ ਜਨਾਜ਼ੇ ਤੇ। ਹਾਂ ਬਈ, ਜਨਾਜ਼ਾ ਇੰਜ ਅਸੀਂ ਲੈ ਕੇ ਆਉਣਾ ਜਿਵੇਂ ਵਿਆਹ ਹੁੰਦਾ। ਸਾਹ ਜੀ ਤੁਹਾਡੇ ਅੱਗੇ ਮਰੇ ਤੇ ਖੁੱਲੀਆਂ ਵੀ ਨਹੀਂ ਸੀ ਮਿਲੀਆਂ, ਦੇਖੋ ਪਿਓ ਨੇ ਕੀ ਕਰ। ਖੁਸ਼ੀ ਤੇ ਹਰ ਬੰਦਾ ਵਜਾਉਂਦਾ ਹੈ, ਗਮੀ ਤੇ ਵਜਾਉਣਾ ਅਸਲ ਗੱਲ ਏ। ਤੁਸੀਂ ਨਾ ਪੈਸੇ ਦੀ ਫਿਕਰ ਨੀ ਕਰਨੀ, ਕੱਲ ਉਹਨਾਂ ਨੂੰ ਦਫਨਾਉਣਾ ਹੈ ਅਸੀਂ। ਰਾਤ ਨੂੰ 2 ਵਜੇ ਮੈਂ ਤੁਹਾਨੂੰ ਛੱਡ ਆਉਣਾ ਕਬਰਸਤਾਨ, ਕਬਰ ਵੀ ਤੁਸੀਂ ਕੱਢਣੀ ਹੈ ਰਾਤ ਦੇ 2 ਵਜੇ। ਤੇਰੇ ਹੱਥਾਂ ਦੀ ਵੀ ਤੂੰ ਨਹੀਂ ਨਿਭਾ ਸਕਦਾ, ਬੜੇ ਸੁਰੀਲੇ ਸੀ ਅੱਬਾ ਜੀ। ਉਹ ਨਸ਼ਾ, ਉਹ ਨਾ ਮੁਰਾਦਾ, ਬਈ ਸ਼ਹਿਨਾਈ ਇਸ ਕਿਸਮ ਦੀ ਵਜਾਉਂਦੇ ਸੀ ਨਾ ਅੱਬਾ ਜੀ, ਇਹ ਵੀ ਆਪਸ ਵਿੱਚ ਹੀ ਆ ਜੀ ਆਪਣੀ ਜਈਆਂ। ਆ ਨਹੀਂ ਨਹੀਂ, ਅਸੀਂ ਤਾਈ ਆ। ਲੈ ਤਾਈ ਐਡਾ ਹੋ ਗਿਆ ਤੇ ਜਨਾਜ਼ਾ ਸਾਡੇ ਤੋਂ ਨਿਭਾਉਣ ਗਿਆ। ਪਤਾ ਵੀ ਇਹ ਤਾਈ ਕੀ ਹੈ ਤੇ ਉਹ ਤੇਰੀ ਕੀ ਮੌਤ ਗਈ ਹੈ ਤੈਨੂੰ? ਚੁੱਪ ਕਰ ਜਾ, ਗੱਲ ਹੋ ਰਹੀ ਹੈ ਕੁੱਤਿਆਂ। ਕਬਰ ਖਿਆਲ ਨਾ ਕੱਢਣੀ, ਅਗਰ ਪਹਿਲੇ ਕੋਈ ਵਿੱਚ ਮੁਰਦਾ ਹੋਵੇ ਨਾ ਤਾਂ ਹੱਡੀਆਂ ਹੁੱਡੀਆਂ ਇਕੱਠੀਆਂ ਕਰਕੇ ਬਾਹਰ ਸੁੱਟ ਦੇਣੀਆਂ ਤੁਸੀਂ। ਏਡੇ ਕੀ ਸੀ ਅੱਬਾ ਜੀ, ਕਬਰ ਕੱਢਣ ਤੋਂ ਬਾਅਦ ਵਿੱਚ ਲੰਮੇ ਪੈ ਕੇ ਵੀ ਦੇਖਣਾ ਕਬਰ ਛੋਟੀ ਨਾ ਹੋਵੇ। ਲੱਖ ਲਾਣ ਤਾਂ ਲੰਮੇ ਪਾਵੇ ਤੂੰ, ਅਸੀਂ ਕਿਉਂ ਪਈਏ ਵਾਹ ਮੋਤੀਆਂ ਵਾਲਿਆ ਬਾਗਾਂ ਵਾਲਿਆ ਤੇਰੀ ਗੈਰ ਹੋਵੇ। ਤੂੰ ਆਪ ਲੰਮੇ ਪੈ, ਅੱਬਾ ਤੇਰਾ ਮਰਿਆ ਜਾਂ ਸਾਡਾ ਮਰਿਆ ਯਾਰ? ਅੱਬਾ ਜੀ ਨੇ ਵਸੀ ਆ। ਉਹ ਤੈਨੂੰ ਕੀ ਗੱਲ ਆ, ਦੇਖ ਉਬਣ ਰਹੀ ਆ ਚਾਹ, ਚਾਹ ਚੜੇ ਨੂੰ ਚਾਹ ਚੜੇ ਨੇ, ਸਾਡੀ ਫੌਤ ਕੀ ਹੋਈ ਪਈ ਆ, ਉਹਨੂੰ ਚਾਹ ਚੜੇ ਆ, ਉਹਨਾਂ ਦਾ ਅੱਬਾ ਮਰਿਆ ਵਾ। ਮਰੇ ਤੇ ਵੀ ਆਉਣਾ ਜੀ, ਉਹ ਲੱਖ ਲਾਣ ਤੇਰੇ ਤੇ, ਕਹਦਾ ਪੱਕਾ ਕਾਰੀਗਰਾਂ। ਅੱਛਾ ਭਾਜੀ ਗੱਲ ਸੁਣੋ, ਤੁਸੀਂ ਕਬਰ ਕੱਢ ਲੈਣਾ ਤਿਆਰ ਕਰ ਦੇਣੀ ਆ। ਅਸੀਂ ਮਾਸ਼ਾਅੱਲਾ 5 ਜੀ ਤੇ ਕਾਰੋਬਾਰ ਕੀ ਆ ਆਪਣਾ? ਅਸਲ ਸਾਰੇ ਬਾਹਰ ਹੁੰਦੇ ਨੇ ਜੀ, 2 ਅਮਰੀਕਾ ਹੁੰਦੇ ਆ, ਮਾਸ਼ਾਅੱਲਾ 2 ਹੁੰਦੇ ਇੰਗਲੈਂਡ, ਤੇ ਮੈਂ ਕੱਲਾ ਇੱਥੇ ਹੀ ਹੁੰਦਾ। ਮੈਂ ਅੱਬਾ ਜੀ ਦਾ ਖਿਆਲ ਰੱਖਦਾ ਸੀਗਾ, ਅੱਬਾ ਜੀ ਨਾਲ ਪਿਆਰ ਹੀ ਮੈਨੂੰ ਬੜਾ ਸੀ। ਮੇਰੇ ਅੱਬੇ ਨੇ ਰਾਤ ਦੇ 3 ਵਜੇ ਵੀ ਉੱਠ ਕੇ ਕਿਹਾ ਨਾ ਕਿ ਮੈਂ ਚਾਹ ਪੀਣੀ ਆ, ਤੇ ਮੈਂ ਜਿੱਥੋਂ ਵੀ ਮਰਜ਼ੀ ਲੱਭੀ ਲੱਭ ਕੇ ਲਿਆਂਦੀ ਆ। ਨਸੀਬ ਚਾਹ ਤੁਹਾਡਾ। ਅੱਛਾ ਰਾਤ ਦੇ 2 ਵਜੇ ਤੁਸੀਂ ਕਬਰ ਕੱਢ ਲਓਗੇ ਨਾ? ਚੰਗੀ ਤਰ੍ਹਾਂ ਥੱਲੇ ਸਫਾਈ ਕਰਨੀ ਆ, ਹੱਡੀਆਂ ਹੁੱਡੀਆਂ ਬਾਹਰ ਛੋੜ ਦੇਣੀਆਂ ਨੇ, ਵਜੇ ਲੰਮੇ ਪੈ ਕੇ ਦੇਖਣਾ ਹੈ। ਠੀਕ ਆ, ਤੇ ਤੂੰ ਦੱਸ ਕੀ ਕਰਨਾ ਇਹਨੂੰ ਲੰਮੇ ਪਾ ਕੇ? ਚੱਲ ਇਹਨੂੰ ਲੰਮੇ ਪਾਈ, ਉੱਤੇ ਸਲੇਟਾਂ ਰੱਖ ਕੇ ਮਿੱਟੀ ਸੁੱਟ ਕੇ ਵੀ ਦੇਖਣਾ, ਹਨੇਰਾ ਤਾਂ ਨੀ ਬਹੁਤਾ ਹੁੰਦਾ? ਹਰ ਬੰਦੇ ਨੇ ਆ, ਡਰਨ ਵਾਲੀ ਕਿਹੜੀ ਗੱਲ ਆ? ਮਿਹਰਬਾਨੀ ਜਾਨੀ ਕਰਾਇਆ ਇਸ ਗੱਲ ਨੂੰ।
ਅੱਛਾ ਗੁਸਲ ਜਿਹੜਾ ਨਾ ਉਹ ਵੀ ਤੁਸੀਂ ਦੇਣਾ ਹੈ? ਓਏ ਅਸੀਂ ਨਹੀਂ ਉਹ ਭਾਈ ਕਦੀ ਨਵਾਇਆ ਧੋਆਇਆ ਦੇਖੋ ਤੁਸੀਂ ਉਹ ਭਾਈ ਮਰਗ ਦੇ ਥੱਥੇ ਆ ਤੈਨੂੰ ਪਤਾ ਨਹੀਂ ਇਹਦੇ ਨਹੀਂ ਨਵਾਉਣ ਵਾਲਾ ਬੰਦਾ ਹੋਰ ਹੁੰਦਾ ਮੈਂ ਨਵਾਉਣਾ ਵੱਖ ਲਾਉਣ ਤੁਹਾਡੇ ਤੇ ਦੇਖ ਲਓ ਤੁਹਾਡੇ ਨਾਲ ਦੇ ਉਹਨੂੰ ਕਿੰਨੇ ਚਾਅ ਨੇ ਸਾਨੂੰ ਨਹੀਂ ਚਾਅ ਫੰਕਸ਼ਨ ਘੱਟ ਤੋਂ ਘੱਟ 2 ਲੱਖ ਰੁਪਏ ਦਾ ਲੱਗਣਾ ਹੈ ਮਰਗ ਦਾ ਹਾਂ ਵੱਖ ਲਾਉਣ ਤੇਰੇ ਫੰਕਸ਼ਨ 7 ਦਿਨ ਪੂਰੇ 7 ਦਿਨ ਵਾਜਾ ਵਜਾਉਣਾ ਤੁਸੀਂ ਉੱਥੇ ਜਿਹੜਾ ਬੰਦਾ ਅਫਸੋਸ ਕਰਨ ਆਵੇ ਉਹ ਅਫਸੋਸ ਕਰੇ ਤੁਸੀਂ ਵਾਜਾ ਵਜਾਉਣ ਲੱਗ ਪੈਣਾ ਉਹ ਅਫਸੋਸ ਕਰੇਗਾ ਤੁਸੀਂ ਵਾਜਾ ਵਜਾਉਣ ਲੱਗ ਪੈਣਾ ਕਿਉਂ ਖਾਨ ਸਾਹਿਬ ਦਲੇਰ ਨੀ ਹੁੰਦੇ ਨਹੀਂ ਅੱਛਾ ਤੁਸੀਂ ਇਸ ਕਹਿਣਾ ਤੂੰ ਕਬਰ ਕੱਢੀ ਜਾਈ ਤੂੰ ਕੋਲ ਖਲੋਤਾ ਕਲਾਂਟ ਵਜਾਈ ਜਾਈ ਜਿਹੜੀ ਵਸੀਅਤ ਕਰ ਦਿੱਤੀ ਅਸੀਂ ਉਹ ਤੇ ਅਮਲ ਕਰਾਉਣਾ ਹੀ ਕਰਾਉਣਾ ਸਾਡੇ ਖਿਲਾਫ ਕਰਾਈ ਹੈ ਸਾਰੀ ਨਹੀਂ ਅਸੀਂ ਬਿਆਨਾ ਦੇ ਤਾ ਕਦੀ ਵਾਪਸ ਨੀ ਲਿਆ ਸਾਰੇ ਨੇ ਪਰਚਾ ਕਰਾ ਦੇਣਾ ਵਾ ਚੁੱਪ ਕਰਦੇ ਨਾ ਅੱਛਾ ਨਵਾਉਣ ਤੋਂ ਬਾਅਦ ਨਾ ਜੀ ਹਾਂਜੀ ਗੋਜ ਨੇ ਉਹ ਜਨਾਜ਼ਾ ਚੁੱਕ ਕੇ ਤੁਰਨਾ ਹੈ ਆਖਰੀ ਖਾਹਿਸ਼ ਪੂਰੀ ਕਰਨ ਲੱਗੇ ਹੋ ਤੁਸੀਂ ਤੂੰ ਕਰ ਮਰਨ ਵਾਲੇ ਬੰਦੇ ਦੀ ਆਖਰੀ ਗੱਲ ਹਰ ਬੰਦਾ ਪੂਰੀ ਕਰਦਾ ਹੈ ਤੂੰ ਸਾਨੂੰ ਮਾਰ ਦੇਣਾ ਇਹ ਗੱਲ ਕਰਕੇ ਵੀ ਕਬਰ 'ਚ ਵੀ ਜਾਓ ਉਹ ਵੀ ਕੱਢੋ ਹੈ ਜਨਾਜ਼ਾ ਵੀ ਚੱਕੋ ਉਹ ਯਾਰ ਮਰਨਾ ਤੇ ਹਰ ਬੰਦੇ ਨੇ ਹੈ ਨਾ ਮਰਨਾ ਕਿ ਨਹੀਂ ਮਰਨਾ ਮਰਨਾ ਵਾ ਲੇਕਿਨ ਜਿੱਦਾਂ ਤੂੰ ਸਾਨੂੰ ਮਾਰਨ ਇੰਜ ਕੋਈ ਨਹੀਂ ਮਰਦਾ ਮਾਰਨ ਦਿਆ ਕੋਈ ਨਹੀਂ ਮਰਦਾ ਉਹ ਕਿਉਂ ਨਹੀਂ ਮਰਦਾ ਆ ਗੱਲ ਕਰਦਾ ਮੈਨੂੰ ਇਹ ਅੱਬਾ ਹੀ ਨੇ ਵਸੀਅਤ ਕੀਤੀ ਕਿ ਉਹਨੇ ਵਸੀਅਤ ਤੈਨੂੰ ਹੀ ਸਾਰੀ ਕੀਤੀ ਦੂਜੇ ਪੁੱਤਰਾਂ ਨੂੰ ਨਹੀਂ ਕੀਤੀ ਮੈਂ ਪਾਕਿਸਤਾਨ 'ਚ ਹੁੰਦਾ ਉਹਨਾਂ ਦੇ ਕੋਲ ਹਾਂ ਅੱਬਾ ਹੀ ਨੇ ਪੂਰੀ ਮੁਹੱਬਤ ਮੇਰੀ ਸੀ ਅਸਲ ਅੱਛਾ ਉਹਨਾਂ ਨੇ ਕਿਹਾ ਪੁੱਤ ਜੇ ਮੈਂ ਮਰਨ ਲੱਗੇ ਤੈਨੂੰ ਵਸੀਅਤ ਲਿਖ ਕੇ ਚੱਲਾਂ ਹਾਂ ਤੂੰ ਮੇਰੀ ਗੱਲ ਤੇ ਅਮਲ ਕਰੇਗਾ ਹਾਂ ਮੈਂ ਕਿਹਾ ਅੱਬਾ ਜੀ ਮੈਂ ਆਪਣੀ ਜਾਨ ਕੁਰਬਾਨ ਕਰ ਦਿਆਂਗਾ ਤੁਹਾਡੀ ਆਖਰੀ ਵਸੀਅਤ ਜ਼ਰੂਰ ਪੂਰੀ ਕਰਾਂਗਾ ਜੇ ਮੇਰੇ ਅੱਬੇ ਦੀ ਵਸੀਅਤ ਨਾ ਪੂਰੀ ਹੋਈ ਤੇ ਜਿਉਂਦੇ ਤੁਸੀਂ ਵੀ ਨਹੀਂ ਰਹਿਣਾ ਹਾਂ ਜਿਹੜੀ ਗੱਲ ਹੋ ਗਈ ਹੋ ਗਈ 7 ਦਿਨ ਤੁਸੀਂ ਵਾਜਾ ਵਜਾਉਣਾ ਕਬਰ ਵੀ ਤੁਸੀਂ ਕੱਢਣੀ ਆ ਅੱਬਾ ਜੀ ਨੂੰ ਗੁਸਲ ਵੀ ਤੁਸੀਂ ਦੇਣਾ ਹੈ ਜਨਾਜ਼ਾ ਵੀ ਤੁਸੀਂ ਚੁੱਕਣਾ ਹੈ ਔਰ ਗੋਜ ਨੇ ਉਹ ਚੁੱਕ ਕੇ ਤੁਰਨਾ ਹੈ ਇਸਲਾਮਾਬਾਦ ਵੱਡੇ ਕਬਰਸਤਾਨ ਆ ਕੇ ਤੇ ਫਲਾਉਣਾ ਹੈ ਯਾਰ ਸਾਰੀਆਂ ਗੱਲਾਂ ਤੇ ਤੇਰਾ ਮਾਮਾ ਵੀ ਸਾਰੀਆਂ ਗੱਲਾਂ ਨੂੰ ਸਮਝਾਉਂਦੇ ਆ ਚਲੋ ਤੁਸੀਂ ਕਰ ਦਿਓ ਮੇਰੇ ਨਾਲ ਆ ਉਹਦੇ ਨਾਲ ਸਾਜੀ ਮੈਂ ਤਾਂ ਗੱਲ ਕਰ ਰਿਹਾ ਹਾਂ ਕਿਹੜੀ ਵਰਗੀ ਸ਼ਕਲ ਹੈ ਤੇਰੀ ਖਾਨ ਸਾਹਿਬ ਮੈਂ ਤਾਂ ਗੱਲ ਕਰ ਰਿਹਾ ਹਾਂ ਤੁਸੀਂ ਕਰ ਦਿਓ ਅਸੀਂ ਕਿਉਂ ਕਰੀਏ ਨਹੀਂ ਜਾਣਾ ਸਾਡੇ ਤੇ ਬਾਜਿਆਂ ਨਾਲ ਕੰਮ ਹੀ ਨਹੀਂ ਹੁੰਦਾ ਸਾਨੂੰ ਮਹਿੰਦੀ ਦੇ ਸਾਥ ਸਾਨੂੰ ਗਨੀਮੇ ਦੇ ਸਾਥ ਸਾਨੂੰ ਮੰਗਣੀ ਦੇ ਸਾਥ ਆ ਸਾਨੂੰ ਕਿਤੇ ਤੇਲ ਮਹਿੰਦੀ ਦੇ ਸਾਥ ਓਏ ਅੱਬੇ ਕਿਤੇ ਸਾਥ ਸਾਨੂੰ ਕਦਰੀਆਂ ਦੇ ਸਾਥ ਓਏ ਓਏ ਗੱਲ ਸੁਣ ਓਏ 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 ਤਾਈਓ ਓ ਮਰੇ ਓਏ ਮਰੇ ਬੰਦੇ ਦੀ ਮਹਿੰਦੀ ਹੁੰਦੀ ਆ ਮਰੇ ਬੰਦੇ ਦੇ ਤੈਨੂੰ ਨਵੇਂ ਮੌਲਾ ਤੈਨੂੰ ਤੈਨੂੰ
ਤੈਨੂੰ ਸੈਂਸ ਨਹੀਂ, ਮਰਗ ਹੋਰ ਹੁੰਦੀ ਆ, ਮਹਿੰਦੀ ਹੋਰ ਹੁੰਦੀ ਯਾਰ। ਅੱਬਾ ਜੀ ਨੇ ਵਸੀ ਉਹਦੇ ਅੱਬਾ ਜੀ ਨੇ ਤੈਨੂੰ ਕਿਹਾ ਵੀ ਦੇ ਮਾਰ ਦੇ ਨਾ ਨਾ ਅੱਬਾ ਜੀ ਨੇ ਵਸੀਅਤ ਕੀਤੀ ਹੈ ਕੀ? ਉਹਨੇ ਕਿਹਾ ਜੀ ਮੈਨੂੰ ਇੰਜ ਦਫਨਾਉਣਾ ਹੈ, ਔਰ ਦੁਕਾਨ ਵੀ ਉਹਨੇ ਦੱਸੀ ਕਹਿੰਦੇ ਸ਼ੇਰੇ ਪੰਜਾਬ ਤੇ ਜਾ ਕੇ ਨਾ ਮਾਸਟਰ ਭੋਲੇ ਨੂੰ ਮਿਲਣਾ ਹੈ। ਸ਼ੇਰੇ ਪੰਜਾਬ ਨਹੀਂ, ਸ਼ੇਰੇ ਗੁੱਜਰ ਦੇ ਕਹਿੰਦੇ ਨੇ ਉੱਥੇ ਚਲ ਜਾਓ। ਮਾਸਟਰ ਭੋਲਾ ਤੂੰ ਨਹੀਂ, ਮੈਂ ਹੀ ਹਾਂ ਮਾਸਟਰ। ਤੇ ਫੇ ਅੱਬਾ ਜੀ ਨੇ ਤੇਰਾ ਨਾਂ ਲਿਆ ਵਸੀਅਤ ਦੇ ਵਿੱਚ ਲਿਖਿਆ ਹੈ ਭਾਈ, ਨਾਮ ਲਿਖਿਆ ਲੇਕਿਨ ਉਹਨੇ ਇਹ ਥੋੜਾ ਕਹਿਣਾ ਵੀ ਕਬਰ ਦੇ ਵਿੱਚ ਜਾ ਕੇ ਕਬਰ ਕੱਢੋ, ਲੰਮੇ ਪਵੋ, ਨਵਾਉਣਾ ਵੀ ਅਸੀਂ ਵਾਜੇ ਵਾਲੇ ਜਾਂ ਮੁੱਤੇ ਨਵਾਉਣ ਵਾਲੇ। ਉਹ ਭਾਜੀ ਤੁਸੀਂ ਇੰਜ ਕਰਕੇ ਜਦੋਂ ਕਬਰ ਦੇ ਵਿੱਚ ਲਾਹਣਾ ਨਾ ਅੱਬਾ ਜੀ ਨੂੰ, ਇੰਜ ਕਰਕੇ ਤੁਸੀਂ ਲਾ ਕੇ ਠੀਕ ਆ ਤੇ ਨਾਲ ਲੰਮੇ ਪੈ ਜਾਣਾ ਅੱਬਾ ਜੀ ਦੇ। ਅੱਬਾ ਜੀ ਦੀ ਵਸੀਅਤ ਆ ਔਰ ਮੈਂ ਵਸੀਅਤ ਤੇ ਅਮਲ ਕਰਾ ਕੇ ਜਾਣਾ ਹੈ। ਅੱਛਾ ਤੁਸੀਂ ਅੱਬਾ ਜੀ ਦੇ ਤੈਨੂੰ ਪੈਸੇ ਦੇ ਦੇ, ਮੇਰਾ ਵੀ ਨਿਕਲ। ਜਦੋਂ ਉਹਨਾਂ ਨੂੰ ਕਬਰ 'ਚ ਲਾਉਣਾ ਨਾ ਤੁਸੀਂ ਨਾਲ ਲੰਮੇ ਪੈ ਜਾਣਾ ਹੈ। ਅੱਛਾ ਤੂੰ ਉੱਤੇ ਸਲੇਟਾਂ ਰੱਖਣੀਆਂ ਉਹਦੇ, ਸਲੇਟਾਂ ਉਹਨਾਂ ਦਾ ਸਵਾਲ ਸਹੀ ਕਰਦੇ ਸਲੇਟਾਂ ਸਲੇਟਾਂ ਕਬਰ ਦੀਆਂ, ਜਦੋਂ ਆਖਰੀ ਸਲੇਟ ਰਹਿ ਜਾਏਗੀ ਨਾ। ਆਖਰੀ ਸਲੇਟ ਜਦੋਂ ਰਹਿ ਜਾਵੇ ਜੇ ਆਖਰੀ ਆਖਰੀ ਸਲੇਟ ਜਦੋਂ ਰਹਿ ਜਾਏਗੀ ਨਾ ਉਦੋਂ ਤੁਸੀਂ ਬਾਹਰ ਨਿਕਲ ਆਉਣਾ, ਜੇ ਕੋਈ ਸਾਹ ਸੱਤ ਹੋਏ ਤੇ ਨਿਕਲ ਆਉਣਾ। ਜੇ ਕੋਈ ਸਾਹ ਸੱਤ ਹੋਏ ਤਾਂ ਬਾਹਰ ਨਿਕਲ ਲਈ, ਨਹੀਂ ਤਾਂ ਤੇਰੇ ਤੇ ਵੀ ਮਿੱਟੀ ਪਾ ਦੇਵਾਂਗੇ। ਯਾਰ ਮੇਰੀ ਤਾਂ ਬਾਕੀ ਲੱਤ ਹੈ। ਅੱਛਾ ਜੀ ਇਹ ਫੜੋ, ਤੁਸੀਂ ਬਿਆਨਾ ਫੜੋ, ਮੈਂ ਨੀ ਫੜਦਾ, ਇਹ ਫੜੋ ਫੜ ਲਓ ਯਾਰ, ਦੇਖ ਲਓ ਹੁਣ ਜਾਣਾ ਕਿੱਦਾਂ। ਗੱਲ ਸੁਣੋ, ਗੱਲ ਸੁਣੋ, ਗੱਲ ਸੁਣੋ, ਵੈਸੇ ਨਾ ਦੇਖ ਲਓ ਕੀ ਮਰੇ ਬੰਦੇ ਦੀ ਨਾ ਆਖਰੀ ਖਾਹਿਸ਼ ਪੂਰੀ ਕਰਨਾ ਬੜੀ ਵੱਡੀ ਨੇਕੀ ਆ। ਮੇਰੇ ਕਰੂੰਗਾ ਤੇਰਾ ਖਾਨਦਾਨ ਮਰੇ, ਵੇਖ ਕਿੰਨੇ ਚਾਹ ਚੜੇ ਉਹਨਾਂ ਨੂੰ ਕੰਮ ਆਇਆ, ਦੇਖ ਲਓ ਮਰੇ ਮਰੇ ਬੰਦੇ ਦੀ ਖਾਹਿਸ਼ ਨੀ ਪੂਰੀ ਕਰ ਰਹੇ। ਤੂੰ ਮਰੇਗਾ ਤੇਰੀ ਕਰਾਂਗਾ, ਤੇਰੇ ਖਾਨਦਾਨ ਦੀ ਕਰਾਂਗਾ, ਹਟਦਾ ਨੀ ਹੈਗਾ ਉਸਤਾਦ। ਗੱਲ ਸੁਣਨਾ ਭਾਈ, ਗੱਲ ਸੁਣੋ ਅੱਬਾ ਜੀ ਦੇ ਸੋਨੇ ਦੀ ਅੰਗੂਠੀ ਆ ਉਂਗਲ ਚ, ਸੋਨੇ ਦੀ ਚੈਨ ਵੀ ਆ, ਨਵਾਂ ਸੂਟ ਵੀ ਅੱਬਾ ਜੀ ਨੇ ਪਾਇਆ ਹੈ, ਨਵਾਉਂਦੇ ਆ ਜਿਹੜੀ ਸ਼ਾਇਦ ਲੱਥੀ ਤੁਹਾਡੀ। ਤੂੰ ਚਲ ਜਾ, ਸੋਨੇ ਵਾਲੀ ਚੇਨ ਨਾ, ਤੂੰ ਸਾਈਕਲ ਦੀ ਚੇਨ ਵੀ ਕਵੇਂ, ਅਸੀਂ ਉਹ ਨਹੀਂ ਲੈਣੀ। ਬੋਸ ਕੀ ਦਾ ਸੂਟ ਪਾਇਆ ਬਾਈ ਨੇ, ਤੂੰ ਬਾ ਤੇਰੇ ਪਿਓ ਦਾ ਸੂਟ ਆ, ਦਵਾ ਹੋ ਜਾ। ਸੋਨਿਆ ਤੇਰੀ ਮਿਹਰਬਾਨੀ ਹੈ, ਚੱਲ ਮੇਰਾ ਭਾਈ, ਸਾਨੂੰ ਹਰ ਪਾਸੇ ਲੈ ਜਾ, ਕਬਰਸਤਾਨਾਂ ਲੈ ਜਾ। ਇਹ ਦੇਖੋ, ਇਹ ਦੇਖੋ ਕਿੰਨੇ ਕਿੰਨੇ ਖੁਸ਼ ਨੇ, ਇਹਦੀ ਤਾਂ ਮੌਤ ਵਾਕਿਆ ਕਰ। ਇਹਨੂੰ ਲੈ ਜਾਓ ਜੀ, ਅੱਬਾ ਜੀ ਦਾ ਕੱਦ ਤੇਰੇ ਜਿੱਡਾ ਸੀ,
ਅੱਬਾ ਜੀ ਦਾ ਕੱਦ ਹੀ ਏਡਾ ਸੀ, ਮੈਂ ਉਹਨੂੰ ਕੀ ਕਰਨਾ ਸਾਹਿਬ? ਕਿਉਂ ਨਾਲੇ ਓਏ ਦਬਾਓ ਜਾ ਉੱਧਰ ਪਿਆ, ਬਚਪਨ ਦੇ ਪਿੰਡੇ ਖੇਡਦਾ ਓਏ। ਮਾਸਟਰ ਭੋਲਾ ਕੌਣ ਨੇ ਹਜ਼ੂਰ? ਮੇਰਾ ਨਾਮ ਮਾਸਟਰ। ਤੂੰ ਜਾਣਾ ਮੇਰੇ ਨਾਲ? ਨਾ ਯਾਰ ਚੱਲ ਕਬਰਸਤਾਨ ਪਹੁੰਚ ਜਾਣਾ। ਕਬਰਾਂ ਕੱਢਣ ਵਾਲੇ ਲੱਗਦੇ।